अपना शनान करो ते बाहर निकलो क्यों इन्हों बचाने जे बार बार हाथ के डंग मार दिंदा हुण वो महात्मा जिहड़े शांति दे प्रतीक ने अंदरों वाहिगुरु नाल जुड़े हुए ने वो कहिंदे भलिया मानसा सानू चंगी सिक्ख्या देना पिया अपना सुभा दी ताकत त्यागदा बार बार डंग मारदा ते सानू लोकी महात्मा कहिंदे आ संत कहिंदे आ महापुरश कहिंदे आ ते साडा सुभा हुंदा रुड़दे जांदे नूं बचा लैणा ਜਿਹੜੇ ਰੁੜਦੇ ਨੇ ਨਾ ਜਿਹੜੇ ਮਾੜੇ ਕਰਮਾਂ ਦੇ ਵਿੱਚ ਭੈੜੇ ਕੰਮਾਂ ਵਿੱਚ ਫਸ ਜਾਂਦੇ ਨੇ ਉਹਨਾਂ ਨੂੰ ਬਚਾਉਣਾ ਸਾਡਾ ਕੰਮ ਹੈ ਸਾਏ ਮਹਾਤਮਾ ਦਾ ਕੰਮ ਹੈ ਇਹ ਸੰਤਾਂ ਦਾ ਕਾਰਜ ਹੈ ਤੇ ਤੂੰ ਸਾਨੂੰ ਚੰਗੀ ਸਿੱਖਿਆ ਦਿੰਦਾ ਪਿਆ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਮਹਾਂਪੁਰਸ਼ਾਂ ਦੇ ਸਮੇਂ ਇੱਕ ਗੁਰਮੁਖ ਹੋਇਆ ਭਾਈ ਸੁਖਦੇਵ ਸਿੰਘ ਦਾ ਨਾਮ ਸੀ ਉਹ ਕਿੱਦਾਂ ਕੀ ਕਰਦਾ ਸੀ ਕਿੱਤਾ ਉਹਦਾ ਸੀ ਵਾਲ ਕੱਟਣ ਦਾ ਕੇਸਾਂ ਨੂੰ ਕਤਲ ਕਰਨ ਦਾ ਇੱਕ ਚੰਗਾ ਕਰਮ ਕੀ ਸੀ ਉਹਦੇ ਅੰਦਰ ਚੰਗਾ ਕਰਮ ਇਹ ਸੀ ਵੀ ਉਹਦੇ ਵਿੱਚ ਕਿਸਮਤ ਕੱਢ ਲੈਂਦਾ ਸੀ ਜਿਹੜਾ ਕਿੱਤਾ ਕਰਦਾ ਸੀ ਨਾ ਉਹਦੀ ਕਮਾਈ ਵਿੱਚ ਕਿਸਮਤ ਕੱਢ ਲੈਂਦਾ ਸੀ ਉਹ ਚੰਗਾ ਕਰਮ ਸੀ ਤੇ ਜੇ ਕੋਈ ਇਹੋ ਜਿਹਾ ਕੰਮ ਕਰਦਾ ਤੇ ਉਹਦੇ ਵਿੱਚ ਜਿੱਤ ਸੰਬੰਧ ਕੱਢਦਾ ਤੇ ਕਿਤੇ ਨਾ ਕਿਤੇ ਉਹਦੀ ਪੂੰਜੀ ਜਿਹੜੀ ਆ ਚੰਗੇ ਬੰਨੇ ਉਹਨੂੰ ਕੁਦਰਤੀ ਤੌਰ ਤੇ ਮੋੜ ਲੈਂਦੇ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਉਹਨਾਂ ਦੇ ਕੋਲ ਨਾ ਆਓ